ਆਪ ਦੇ ਸੀਨੀਅਰ ਆਗੂ ਰਾਗਵ ਜੱਡਾ ਨੇ ਜਾਰੀ ਕੀਤੀ ਵੀਡੀਓ ਵੀਡੀਓ ਜਾਰੀ ਕਰ ਖੱਟੜ ਸਰਕਾਰ ਤੇ ਸਾਦੇ ਨਿਸ਼ਾਨੇ ਜਿੰਦਾ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਕਾਨੂੰਨਾ ਖਿਲਾਫ ਕਿਸਾਨ ਲਗਾਤਾਰ ਦਿੱਲੀ ਵਿੱਚ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਇਸ ਦੌਰਾਨ ਜਦੋਂ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਰਹੇ ਸੀ ਤਾਂ ਖੱਟਰ ਸਰਕਾਰ ਵੱਲੋਂ ਕਿਸਾਨਾਂ ਤੇ ਬਹੁਤ ਅਤਿਆਚਾਰ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਅੱਜ ਆਪ ਦੇ ਸੀਨੀਅਰ ਆਗੂ ਰਾਘਵ ਝੱਡਾ ਨੇ ਇੱਕ ਵੀਡੀਓ ਜਾਰੀ ਕੀਤੀ ਰਾਘਵ ਝੱਡਾ ਨੇ ਵੀਡੀਓ ਜਾਰੀ ਕਰਕੇ ਖੱਟਰ ਸਰਕਾਰ ਤੇ ਨਿਸ਼ਾਨੇ ਸਾਧੇ ਖੱਟਰ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੇ ਅਤਿਆਚਾਰ ਬਾਰੇ ਰਾਘਵ ਝੱਡਾ ਨੇ ਕਾਫੀ ਕੁਝ ਗੱਲਾਂ ਕਹੀਆਂ ਆਉ ਸੁਣਦਿਆਂ ਕੀ ਕਹਿਣਾ ਹੈ राघव ਚੱਡਾ ਦਾ ਸਸਰੇ ਕਾਲ ਜੀ ਕੱਲ ਰਾਤੀ ਮੈਂ ਇੱਕ ਵੀਡੀਓ ਦੇਖੀ ਤੇ ਵੀਡੀਓ ਦੇਖਣ ਦੇ ਬਾਅਦ ਮੈਨੂੰ ਇੰਜ ਲੱਗਿਆ ਜਿਵੇਂ ਇੰਡੀਆ ਦੀ ਪਾਕਿਸਤਾਨ ਦੇ ਨਾਲ ਜੰਗ ਛਿੜ ਚੁੱਕੀ ਹੈ ਵੀਡੀਓ ਵਿੱਚ ਜਿਸ ਪ੍ਰਕਾਰ ਨਾਲ ਗੋਲੀਆਂ ਦੀ ਧਮਾਕਿਆਂ ਦੀ ਆਵਾਜ਼ ਆ ਰਹੀ ਸੀ ਇੰਜ ਲੱਗ ਰਿਹਾ ਸੀ ਕਿ ਕੋਈ ਜੰਗ ਛਿੜ ਗਈ ਹੈ ਬਾਅਦ ਵਿੱਚ ਮੈਨੂੰ ਪਤਾ ਚੱਲਿਆ ਕਿ ਇਹ ਜੰਗ ਨਹੀਂ ਬਲਕਿ ਖੱਟਰ ਸਰਕਾਰ ਵੱਲੋਂ ਦੇਸ਼ ਦੇ ਕਿਸਾਨ ਦੇ ਉੱਤੇ ਦੇਸ਼ ਦੇ ਅੰਦਾਜ਼ਾਤੇ ਉੱਤੇ ਹਮਲਾ ਸੀ ਖੱਟਰ ਸਰਕਾਰ ਵੱਲੋਂ ਦੇਸ਼ ਦੇ ਕਿਸਾਨ ਦੇ ਉੱਤੇ ਵਾਟਰ ਕੈਨਨ ਹੰਝੂ ਗੈਸ ਅਤੇ ਅੰਗਿਨਤ ਲਾਠੀਆਂ ਦੁਆਰਾ ਹਮਲਾ ਕੀਤਾ ਗਿਆ ਉਹ ਦੇਖਣ ਦੇ ਬਾਅਦ ਮੈਨੂੰ ਇਹ ਲੱਗਿਆ ਜਿਵੇਂ 13 ਅਪ੍ਰੈਲ 1919 ਦਾ ਜਲਿਆਵਾਲਾ ਬਾਗ ਦਾ ਸਾਾਕਾ ਸੀਗਾ ਜਿਹੜੇ ਨਿਹੱਤੇ ਲੋਕਾਂ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਹੁਣ ਜੀ ਸਾਡੇ ਦੇਸ਼ ਦੇ ਕਿਸਾਨ ਦੇ ਉੱਤੇ ਖੱਟਰ ਸਰਕਾਰ ਵੱਲੋਂ ਹਮਲਾ ਕਿੱਤਾ ਗਿਆ ਮੈਨੂੰ ਇਹ ਬੋਲਣ ਦੇ ਵਿੱਚ ਥੋੜਾ ਵੀ ਗੁਰੇਜ਼ ਨਹੀਂ ਹੈ ਕਿ ਖੱਟਰ ਸਰਕਾਰ ਅਤਿ ਜਨਰਲ ਡਾਇਰ ਦੇ ਵਿੱਚ ਕੋਰਾ ਵੀ ਫਰਕ ਨਹੀਂ ਹੈ ਬਿਊਰੋ ਰਿਪੋਰਟ ਚਰਦੀਕਲਾ ਟਾਈਮ ਟੀਵੀ